विकिपीडिया के उत्ते बारे लिखे है। जो तो महाराजा रणजीत सिंह अमृतसर आ रहे थे दर्शन करने वास्ते, कहिंदे उस पिंड नाच सी ते जिहड़ी नचार सी उहदा नाम सी मोरां, मक्खणपुर दी रहिण वाले सी। ਉਹ ਮੋਰਾਂ ਦਾ ਨਾਂ ਸੀ। ਪਿੰਡ ਵਾਲੇ ਲੋਕ ਉਹਦੇ ਕੋਲ ਆਏ, ਮਹਾਰਾਜ ਰਣਜੀਤ ਸਿੰਘ ਜੀ ਤੁਸੀਂ ਅੰਮ੍ਰਿਤਸਰ ਜਾ ਰਹੇ ਹੋ, ਰਸਤੇ 'ਚ ਸਾਡਾ ਪਿੰਡ ਪੈਂਦਾ, ਦਰਸ਼ਨ ਦੇ ਜਾਓ, ਨਾਲੇ ਜਾਂਦੇ ਜਾਂਦੇ ਨਾਚ ਵੇਖ ਜਾਓ। ਕਹਿੰਦੇ ਨਾਚ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਬਹਿ ਗਏ। ਗੁਣ ਤੇ ਅਵਗੁਣ ਹਰ ਬੰਦੇ ਵਿੱਚ ਮੌਜੂਦ ਹੁੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਜਿਹੜੀ ਤੁਹਾਨੂੰ ਬੇਨਤੀ ਕਰ ਲੱਗਾ, ਪਰ ਜਿਹੜਾ ਲੀਡਰ ਹੋਵੇ ਉਹ ਗਲਤ ਕੰਮ ਕਰੇ ਇਹ ਬਖਸ਼ਿਆ ਨਹੀਂ ਜਾਵੇਗਾ, ਜਿਹੜਾ ਆਗੂ ਹੋਵੇ ਉਹ ਗਲਤ ਕੰਮ ਕਰੇ ਬਖਸ਼ਿਆ ਨਹੀਂ ਜਾਵੇਗਾ। ਆਮ ਜਿਹਾ ਕੋਈ ਬੰਦਾ ਹੋਵੇ ਉਹਦੇ ਕੋਲ ਗਲਤੀ ਹੋ ਜਾਵੇ, ਉਹਨੂੰ ਅਸੀਂ ਕਹਿ ਸਕਦੇ ਹਾਂ ਭਾਈ ਹੁਣ ਨਾ ਕਰੇਗਾ, ਤੂੰ ਵਧੀਆ ਬਣ ਜਾ। ਤੇ ਜੇ ਲੀਡਰ ਤਖ਼ਤ ਉੱਤੇ ਬੈਠ ਕੇ ਕੰਮ ਗਲਤ ਕਰੇ ਫਿਰ ਉਹਨੂੰ ਕਿੱਦਾਂ ਬਖਸ਼ੀਏ ਅਸੀਂ? ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਰੋਗੇ ਪਿੰਡ ਵਿੱਚ ਮੋਰਾਂ ਦਾ ਨਾਚ ਕੀ ਵੇਖਿਆ, ਮੋਰਾਂ ਦੇ ਹੀ ਬਣ ਕੇ ਰਹਿ ਗਏ। ਕਹਿੰਦੇ ਨੇ ਇਸ ਗੱਲ ਦਾ ਪਤਾ ਅਕਾਲੀ ਫੂਲਾ ਸਿੰਘ ਨੂੰ ਲੱਗਾ। ਮਹਾਰਾਜਾ ਰਣਜੀਤ ਸਿੰਘ ਜੀ ਅੰਮ੍ਰਿਤਸਰ ਜਾ ਪਹੁੰਚੇ, ਅਕਾਲੀ ਫੂਲਾ ਸਿੰਘ ਜੀ ਜਿੱਥੇ ਰੁਕੇ ਸਨ ਰਣਜੀਤ ਸਿੰਘ ਜੀ ਉਹਨਾਂ ਦੇ ਕੋਲ ਰਾਤ ਗਏ। ਕਹਿੰਦੇ ਦੇਖ ਖਾਲਸਾ ਰਾਜ ਤੂੰ ਇਕੱਲੇ ਪੈਦਾ ਨਹੀਂ ਕੀਤਾ, ਜੇ ਤੈਨੂੰ ਸਪੁਰਦਗੀ ਦਿੱਤੀ ਹੈ ਨਾ ਤੇ ਖਾਲਸੇ ਨੇ ਦਿੱਤੀ ਹੈ, ਕੌਮ ਨੇ ਦਿੱਤੀ ਹੈ, ਤੈਨੂੰ ਨੁਮਾਇੰਦਾ ਬਣਾਇਆ, ਸਰਪ੍ਰਸਤ ਬਣਾਇਆ, ਲੀਡਰ ਬਣਾਇਆ, ਆਗੂ ਬਣਾਇਆ। ਤੂੰ ਘਟੀਆ ਕੰਮ ਕਰੇਗਾ, ਗਲਤ ਕੰਮ ਕਰੇਗਾ ਤੇ ਲੋਕ ਕੀ ਸਿੱਖਾਂ ਨੂੰ ਕਹਿਣਗੇ? ਦੱਸ ਲੋਕ ਕੀ ਗੱਲਾਂ ਨਹੀਂ ਕਰਨਗੇ ਵੀ ਸਿੱਖ ਕਿੱਦਾਂ ਦੇ ਕਿਰਦਾਰ ਵਾਲੇ ਹੁੰਦੇ ਨੇ? ਉਹ ਕਹਿੰਦੇ ਸੁਧਰ ਜਾ, ਸਹੀ ਕੰਮ ਨਹੀਂ ਤੇਰੇ ਵਾਸਤੇ। ਮੈਂ ਕਈ ਵਾਰ ਸੋਚਿਆ ਕਰਦਾ ਅੱਜ ਦਾ ਜਹਿਦਾਰ ਹੁੰਦਾ ਤੇ ਉਹਨੇ ਨਹੀਂ ਸੀ ਕਹਿਣਾ, ਉਹਨੂੰ ਵਿਚਾਰਨ ਵੈਸੇ ਪਸੀਨਾ ਆਉਣਾ ਸੀ, ਉਹ ਕਿੱਦਾਂ ਕਰਦਾ? ਤੁਸੀਂ ਫੋੜਾਂ ਕਈ ਵਾਰ ਦੇਖੋ, ਕੌਮ ਦਾ ਜਥੇਦਾਰ ਹੋਵੇ ਅਕਾਲ ਤਖ਼ਤ ਦਾ ਜਹਿਦਾਰ ਬੈਠਾ ਹੋਵੇ ਚਰਨਾਂ ਵਿੱਚ ਤੇ ਚੰਡੀਗੜ੍ਹੀਆ ਬਾਪੂ ਉਹ ਬੈਠਾ ਹੋਵੇ ਕੁਰਸੀ ਦੇ ਉੱਤੇ, ਫਿਰ ਸ਼ਰਮ ਨਹੀਂ ਆਉਂਦੀ ਵੀ ਜਹਿਦਾਰ ਥੱਲੇ ਗੋਡੇ ਘੁੱਟ ਰਹੇ ਨੇ ਉਹਨਾਂ ਲੋਕਾਂ ਦੇ? ਫਿਰ ਕੀ ਗੱਲਾਂ ਕਰਨਗੇ? ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਬਣਾਓ, ਉਹਨੇ ਕਿਹਾ ਕਹਿੰਦੇ ਸ਼ਰਮ ਕਰ। ਔਰ ਕਈ ਵਾਰ ਉਹ ਕਹਿ ਦਿਆ ਕਰਦੇ ਸਨ ਕਾਣਿਆਂ ਤੱਕ, ਕਾਣਿਆਂ ਸ਼ਰਮ ਕਰ। ਕਹਿੰਦੇ ਜਦੋਂ ਉਹਨਾਂ ਦੀ ਦਾੜੀ ਵਿੱਚ ਇੱਕ ਵਾਲ ਆ ਗਿਆ ਸੀ, ਚਿੱਟਾ ਵਾਲ ਧੌਲਾ ਆ ਗਿਆ, ਤੇ ਧਿਆਨ ਸੁਣ ਡੋਗਰੇ ਨੇ ਕਿਹਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਇਹ ਟੈਂਸ਼ਨ ਨਹੀਂ ਜ਼ਿਆਦਾ ਲਈਦੀ, ਆ ਚੰਗਾ ਨਹੀਂ ਲੱਗਦਾ, ਫੁੱਟ ਸੁੱਟੋ। ਕਹਿੰਦੇ ਇਸ ਗੱਲ ਦਾ ਪਤਾ ਕਾਲੀ ਫੂਲਾ ਸਿੰਘ ਨੂੰ ਲੱਗਾ, ਉਹਨਾਂ ਨੇ ਕਿਹਾ ਸੀ ਕਾਣਿਆਂ ਇਹ ਜਿਹੜਾ ਧੌਲਾ ਝਾਟਾ ਰੱਬ ਨੇ ਵੀ ਗਾਂਹ ਦੇਣਾ ਹੈ, ਕਿੰਨੇ ਕੁ ਤੂੰ ਪੁੱਟੇਗਾ, ਇਹ ਢੱਗੇ ਨੂੰ ਕਿੰਨਾ ਕੁ ਸਵਾਰ ਲਵੇਗਾ, ਇੱਕ ਨਾ ਇੱਕ ਦਿਨ ਇਹਨੇ ਬੁੱਢਾ ਹੋਣਾ। ਇੰਨੀ ਗੱਲ ਕਹਿਣ ਵਾਲਾ, ਇੰਨੀ ਹਿੰਮਤ ਰੱਖਣ ਵਾਲਾ ਸਾਡਾ ਜਹੇਦਾਰ, ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਲਾ ਜਹੇਦਾਰ। ਕਹਿੰਦੇ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਨਾ ਅਕਾਲੀ ਫੂਲਾ ਸਿੰਘ ਦੀ ਗੱਲ ਸੁਣ ਕੇ, ਉਹ ਕਹਿੰਦੇ ਕਿ ਕੋਈ ਨੀ ਭਾਈ ਸਾਹਿਬ ਜੀ, ਮਾੜੀਆਂ ਮੋਟੀਆਂ ਗੱਲਾਂ ਚੱਲਦੀਆਂ ਹੋਗੀਆਂ ਨੇ। ਇਹ ਗੱਲ ਗਿਆਨੀ ਮਾਨ ਸਿੰਘ ਝੌਰ ਨੇ ਇੰਗਲੈਂਡ ਦੇ ਵਿੱਚ ਕਥਾ ਕਰਦਿਆਂ ਕਹੀ ਸੀ, ਉਹਦੀ ਰਿਕਾਰਡਿੰਗ ਪਈ ਹੈ ਯੂਟਿਊਬ ਦੇ ਉੱਤੇ। ਕਹਿੰਦੇ ਅਕਾਲੀ ਫੂਲਾ ਸਿੰਘ ਦੀ ਗੱਲ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ, ਭਾਈ ਸਾਹਿਬ ਕੋਈ ਗੱਲ ਨਹੀਂ, ਮਾੜੀਆਂ ਮੋਟੀਆਂ ਗੱਲਾਂ ਇਗਨੋਰ ਕਰ ਦਿੱਤੀਆਂ ਨੇ। ਕਹਿੰਦੇ ਨਹੀਂ, ਇਹ ਨਹੀਂ ਇਗਨੋਰ ਹੋਏਗੀ, ਬਹੁਤ ਮੇਜਰ ਗਲਤੀ ਕੀਤੀ ਹੈ ਤੂੰ, ਇਹ ਇਗਨੋਰ ਨਹੀਂ ਕੀਤੀ ਜਾ ਸਕਦੀ। ਹੁਣ ਮੇਰੇ ਦਿਮਾਗ 'ਚ ਗੱਲ ਆਈ ਹੈ ਵੀ ਜੇ ਮਹਾਰਾਜਾ ਰਣਜੀਤ ਸਿੰਘ ਮੋਰਾਂ ਦਾ ਨਾਚ ਵੇਖਣ ਕਰਕੇ ਤਨਖਾਹੀਆ ਕਰਾਰ ਦਿੱਤਾ ਜਾ ਸਕਦਾ ਹੈ, ਤੇ ਜਿਹੜੇ ਨਚਾਰਾਂ ਦਾ ਨਾਚ ਵੇਖਣ ਵਾਸਤੇ ਆਪ ਬਹੁਤ ਜ਼ਿਆਦਾ ਡਾਲਰਾਂ ਦੀਆਂ ਟਿਕਟਾਂ ਖਰੀਦ ਕੇ ਆਪ ਨਾਚ ਵੇਖਣ ਵਾਸਤੇ ਜਾਣ, ਤੇ ਉੱਥੇ ਪਰੋਸਿਆ ਵੀ ਗੰਦ ਜਾਵੇ ਤੇ ਗੰਦ ਝੋਲੀ 'ਚ ਪਵਾ ਕੇ ਆਪ ਉਹਨਾਂ ਦੇ ਬੱਚੇ ਉਹਨਾਂ ਦੀਆਂ ਬੱਚੀਆਂ ਵਾਪਸ ਆ ਜਾਣ, ਉਹਨਾਂ ਨੂੰ ਅਸੀਂ ਕੀ ਨਾਮ ਦਈਏ, ਇਹ ਤੁਸੀਂ ਆਪ ਫੈਸਲਾ ਕਰ ਲਓ। ਕਹਿੰਦੇ ਜਦੋਂ ਕਿਹਾ ਨਾ ਭਾਈ ਸਾਹਿਬ ਕੋਈ ਨਹੀਂ ਚੱਲਦਾ ਮਾੜਾ ਮੋਟਾ ਤਾਂ, ਕਹਿੰਦੇ ਕੋਈ ਨਹੀਂ ਭਾਈ ਦਾ ਦਿਨ ਤਾਂ ਸਵੇਰੇ ਪਤਾ ਲੱਗੇਗਾ। ਕਹਿੰਦੇ ਨੇ ਰਾਤੋਂ ਰਾਤ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ, ਕਹਿੰਦੇ ਰਣਜੀਤ ਸਿੰਘ ਤਨਖਾਹੀ ਹੈ, ਇਹਦੇ ਮੂੰਹ ਕੋਈ ਨਾ ਲੱਗੋ, ਇਹਨੇ ਕੁਰੈਤ ਕੀਤੀ ਹੈ, ਇੱਕ ਨਚਾਰ ਦਾ ਨਾਚ ਵੇਖਦਾ ਰਿਹਾ ਉਹਦਾ ਹੀ ਬਣ ਕੇ ਰਹਿ ਗਿਆ, ਇਹਦੇ ਮੂੰਹ ਕੋਈ ਨਾ ਲੱਗੋ। ਕਹਿੰਦੇ ਦਿਨ ਹੋਇਆ ਤੇ ਜਿਹਦੇ ਵੱਲ ਵੀ ਮਹਾਰਾਜਾ ਰਣਜੀਤ ਸਿੰਘ ਜੀ ਜਾਣ, ਅਗਲਾ ਫਤਿਹ ਨਾ ਬੁਲਾਵੇ, ਮੂੰਹ ਪੱਲੇ ਪਾਸੇ ਕਰਕੇ ਖੜ ਜਾਵੇ, ਤੇ ਅੱਜ ਦਾ ਜੇਕਰ ਕੋਈ ਲੀਡਰ ਹੁੰਦਾ ਨਾਲੇ ਫਾਂਸੀ ਤੰਗ ਦੇਣਾ ਸੀ ਉਹਨੇ ਵੀ ਤੂੰ ਮੂੰਹ ਕਿਉਂ ਪੱਲੇ ਪਾਸੇ ਕੀਤਾ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਸੁੱਝ ਗਈ ਵੀ ਕੋਈ ਨਾ ਕੋਈ ਪ੍ਰੋਬਲਮ ਤਾਂ ਆਈ ਹੈ, ਭਾਈ ਨੇ ਲੱਗਦਾ ਚੰਦ ਚਾੜ ਦਿੱਤਾ ਕੋਈ ਨਾ ਕੋਈ। ਕਹਿੰਦੇ ਨਾਲ ਹੀ ਜਿਹੜਾ ਕੜਾਹ ਪ੍ਰਸ਼ਾਦ ਗਿਆ ਸੀ ਉਹ ਵੀ ਵਾਪਸ ਆ ਗਿਆ, ਵੀ ਮਹਾਰਾਜ ਜੀ ਤੁਹਾਡਾ ਕੜਾਹ ਪ੍ਰਸ਼ਾਦ ਵੀ ਵਾਪਸ ਆ ਗਿਆ, ਇਹ ਵੀ ਪ੍ਰਵਾਨੀ ਹੋਇਆ, ਇਹ ਵੀ ਪਤਾ ਲੱਗ ਗਿਆ ਅੱਜ ਤੁਹਾਡੇ ਰਾਜ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਨਹੀਂ ਹੋਈ। ਕਹਿੰਦੇ ਨੇ ਫਿਰ ਕੀ ਹੋਇਆ, ਅਕਾਲੀ ਫੂਲਾ ਸਿੰਘ ਤੱਕ ਪਹੁੰਚ ਕੀਤੀ ਗਈ, ਸਜ਼ਾ ਜਿਹੜੀ ਲਾਈ ਗਈ ਸੀ ਤੁਹਾਨੂੰ ਪਤਾ ਹੈ ਕੋਰੜੇ ਮਾਰਨ ਦੀ, ਅੱਜ ਕੁਝ ਵਿਦਵਾਨ ਕਹਿੰਦੇ ਨੇ ਮਾਰੇ ਨਹੀਂ ਸੀ ਗਏ ਕਿਉਂਕਿ ਉਹਨਾਂ ਨੇ ਮੰਨ ਲਿਆ ਸੀ ਲਓ ਮਾਰ ਲਓ। ਮੈਂ ਕਈ ਵਾਰ ਇਹ ਗੱਲ ਸੋਚਦਾ ਵੀ ਇੱਦਾਂ ਦੀ ਜੇ ਲੀਡਰ ਹੋਣ, ਇੱਦਾਂ ਦੇ ਸਾਡੇ ਜਹੇਦਾਰ ਹੋਣ, ਇੱਦਾਂ ਦੇ ਸਾਡੇ ਆਗੂ ਹੋਣ, ਕਦੇ ਕੌਮ ਜਾਵੇ ਰਸਾਤਲ ਦੀਆਂ ਖੱਡਾਂ 'ਚ ਕਦੇ ਜਾ ਕੇ ਡਿੱਗੇ? ਕਦੇ ਵੀ ਨਹੀਂ। ਆਗੂ ਹੋਣ ਚੰਗੇ, ਆਗੂ ਹੋਵੇ ਤਕੜਾ, ਆਗੂ ਹੋਵੇ ਨੀਤੀਵਾਨ,
आगू होवे समझ रखने वाला, आगू होवे चंगी बुद्ध रखने वाला, आगू कवे गुरु ग्रंथ साहिब महाराज तो इलावा दूजी गल नहीं करनी, आगू कवे गुरु ग्रंथ साहिब महाराज का सिद्धांत मेन है, आगू कवे गुरु ग्रंथ साहिब महाराज साडा लीडर है, मेन है, जथेदार है, इहदी गवाही विच असीं तुरना है। ते जेकर आगू कवे कोई नहीं अजे ठहर जाओ, अजे चंडीगढ़ तो हुक्मनामा जारी होके आएगा तो फिर मैं दूजी गल कहांगा, तो फिर तो कौम ढट्ठे खूह च बहनी पैनी है, और ये कोई शक भी नहीं। गुरु ग्रंथ साहिब